ਸਮੂਹ ਜਗਤ ਦੇ ਵਿੱਚ ਬੈਠੇ ਹੋਏ ਜਿੰਨੇ ਵੀ ਸਾਡੇ ਭੈਣ ਅਤੇ ਭਰਾ ਇਸ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੈ ਕਰਕੇ ਦਰਦ ਰੱਖਦੇ ਹਨ ਆਪ ਸਭ ਨੂੰ ਗੁਰਦੁਆਰਾ ਗੁਰੂ ਕਾ ਨਿਵਾਸ ਵੁਲਵਰਹੈਂਪਟਨ ਯੂਕੇ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤ ਵੱਲੋਂ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕਿਸਾਨੀ ਮੋਰਚੇ ਨੂੰ ਲੈ ਕਰਕੇ ਕੁਝ ਵਿਚਾਰ ਆਪਜੀ ਦੇ ਨਾਲ ਸਾਂਝੀਆਂ ਕਰਨੀਆਂ ਨੇ ਤਾਂ ਜੋ ਆਪਾਂ ਇਸ ਮੋਰਚੇ ਨੂੰ ਜਿੱਤ ਵੱਲ ਕਿਦਾਂ ਲਿਜਾ ਸਕਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਸਾਡੇ ਲੀਡਰਾਂ ਨੇ ਇਹ ਜੋ ਮੋਰਚਾ ਦਿੱਲੀ ਦੇ ਵਿੱਚ ਲਿਆ ਕਰਕੇ ਖੜਾ ਕਰ ਦਿੱਤਾ ਬਹੁਤ ਵੱਡੀ ਕਾਮਯਾਬੀ ਸਾਨੂੰ ਮਿਲੀ ਉਸ ਤੋਂ ਬਾਅਦ ਸਰਕਾਰ ਨੇ ਆਪਣੀ ਰਣਨੀਤੀਆਂ ਖੇਡਣੀਆਂ ਸ਼ੁਰੂ ਕੀਤੀਆਂ ਇਸ ਮੋਰਚੇ ਨੂੰ ਖਤਮ ਕਰਨ ਲਈ ਸਰਕਾਰ ਨੇ 26 ਜਨਵਰੀ ਨੂੰ ਦਿੱਲੀ ਦੇ ਵਿੱਚ ਟਰੈਕਟਰ ਰੈਲੀ ਕਰਨ ਲਈ ਕਿਸਾਨਾਂ ਨੂੰ ਸਹਿਮਤੀ ਦਿੱਤੀ ਉਸ ਤੋਂ ਬਾਅਦ ਆਪ ਹੀ ਉੱਥੇ ਕਿਸਾਨਾਂ ਦੇ ਉੱਤੇ ਗੋਲੀ ਚਲਾਈ लाठी चार्ज ਕੀਤਾ ਇੱਥੇ ਤੱਕ ਕਿ ਸਾਡੇ ਕੁਝ ਵੀਰ ਕਿਸਾਨ ਵੀਰ ਜੋ ਕਿ ਸਰਕਾਰ ਵੱਲੋਂ ਸ਼ਹੀਦ ਕਰ ਦਿੱਤੇ ਗਏ लाठी चार्ज ਕਰਕੇ ਕੁਝ ਫੱਟੜ ਕਰ ਦਿੱਤੇ ਗਏ ਕਈਆਂ ਦੇ ਉੱਤੇ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਇਹ ਜੋ ਨਕਮੀ ਸਰਕਾਰ ਹੈ ਇਸ ਨੇ ਆਪਣਾ ਹਰ ਇੱਕ ਹੀਲਾ ਵਰਤਿਆ ਕਿ ਕਿਸ ਤਰ੍ਹਾਂ ਇਸ ਮੋਰਚੇ ਨੂੰ ਖਤਮ ਕਰ ਦਿੱਤਾ ਜਾਵੇ ਇਹਨਾਂ ਨੇ ਆਪਣੇ ਬੰਦੇ ਇਸ ਮੋਰਚੇ ਦੇ ਵਿੱਚ ਵਾੜ ਕੇ ਇਸ ਮੋਰਚੇ ਨੂੰ ਖਤਮ ਕਰਨ ਦੀ ਜੋ ਰਣਨੀਤੀ ਘੜੀ ਸੀ ਉਹ ਕਾਮਯਾਬ ਨਾ ਹੋ ਸકી ਫਿਰ ਅਗਲੇ ਦਿਨ ਇਹਨਾਂ ਨੇ ਸਾਡੇ ਮੋਰਚੇ ਦੇ ਉੱਤੇ ਆਪਣੇ ਗੁੰਡੇ ਭੇਜ ਕੇ ਸਾਡੀਆਂ ਧੀਆਂ ਭੈਣਾਂ ਦੇ ਉੱਤੇ ਵੀ ਹਮਲੇ ਕਰਵਾਏ ਉਸ ਤੋਂ ਬਾਅਦ ਇਹਨਾਂ ਨੇ ਹੋਰ ਵੀ ਬਹੁਤ ਕੁਝ ਕੀਤਾ ਪਰ ਉੱਥੇ ਜਿੰਨੇ ਵੀ ਕਿਸਾਨ ਤੇ ਮਜ਼ਦੂਰ ਵੀਰ ਹੋਰ ਵੀ ਸਾਡੇ ਆਗੂ ਸਹਿਬਾਨ ਬੈਠੇ ਹਨ ਉਹਨਾਂ ਨੇ ਸਾਰਿਆਂ ਨੇ ਸਬਰ ਸੰਤੋਖ ਦੇ ਨਾਲ ਕੰਮ ਲੈਂਦਿਆਂ ਹੋਇਆਂ ਇਹਨਾਂ ਗੁੰਡਿਆਂ ਦਾ ਸਾਹਮਣਾ ਕੀਤਾ ਤੇ ਅਡੋਲ ਹੋ ਕੇ ਇਸ ਮੋਰਚੇ ਨੂੰ ਫਿਰ ਉਸੇ ਤਰ੍ਹਾਂ ਜਾਰੀ ਰੱਖਿਆ ਫਿਰ ਇਹ ਸਰਕਾਰ ਨੇ ਲਾਸਟ ਦੇ ਵਿੱਚ ਹੁਣ ਕੀ ਕੀਤਾ ਹੈ ਇਹਨਾਂ ਨੇ ਚਾਰੇ ਪਾਸੇ ਇੰਨੀ ਮਜ਼ਬੂਤ ਬੈਰੀਕੇਟਿੰਗ ਕਰ ਦਿੱਤੀ ਹੈ ਉਸ ਬੈਰੀਕੇਟਿੰਗ ਦੇ ਉੱਤੇ ਮੁਲਕ ਦੀ ਫੌਜ ਵੀ ਖੜੀ ਕਰ ਦਿੱਤੀ ਹੈ ਪਰ ਕੇ ਦੇਖਣ ਨੂੰ ਇਹ ਮਿਲਦਾ ਹੈ ਕਿ ਜਿਹੜੀ ਫੌਜ ਹੁੰਦੀ ਹੈ ਉਹ ਮੁਲਕ ਦੀ ਸਹਾਇਤਾ ਕਰਨ ਲਈ ਸਰਹੱਦਾਂ ਤੇ ਖੜੀ ਕੀਤੀ ਜਾਂਦੀ ਹੈ ਮੁਲਖ ਨੂੰ ਬਚਾਉਣ ਵਾਸਤੇ ਪਰ ਇਸ ਨਕੰਮੀ ਸਰਕਾਰ ਨੇ ਇਸ ਹੱਦ ਤੱਕ ਇਹ ਸਰਕਾਰ ਡਿੱਗ ਚੁੱਕੀ ਹੈ ਇਹਨਾਂ ਨੇ ਆਪਣੇ ਮੁਲਖ ਦੀ ਫੌਜ ਆਪਣੇ ਮੁਲਖ ਦੇ ਵਾਸੀਆਂ ਦੇ ਉੱਤੇ ਛਾੜ ਦਿੱਤੀ ਹੈ ਉਹ ਵੀ ਹਥਿਆਰ ਦੇ ਨਾਲ ਲੈਸ ਹੈ ਸਾਰੀ ਫੌਜ ਤੇ ਜਿਹੜੀ ਬੈਰੀਗੇਟਿੰਗ ਹੈ ਉਹ ਸਰਹੱਦਾਂ ਦੇ ਉੱਤੇ ਵੀ ਇੰਨੀ ਮਜ਼ਬੂਤ ਨਹੀਂ ਅਜੇ ਤੱਕ ਤੁਹਾਨੂੰ ਦੇਖਣ ਨੂੰ ਮਿਲੀ ਹੋਵੇਗੀ ਜਿੰਨੀ ਕਿ ਇਸ ਦਿੱਲੀ ਨੂੰ ਦਿੱਲੀ ਦੇ ਵਿੱਚ ਮੋਰਚਾ ਜੋ ਲਾ ਕੇ ਕਿਸਾਨ ਵੀਰ ਬੈਠੇ ਹਨ ਉਹਨਾਂ ਨੂੰ ਉਹਨਾਂ ਦੇ ਮੋਰਚੇ ਨੂੰ ਨਾਕਾਮ ਕਰਨ ਲਈ ਇਹ ਸਰਕਾਰ ਵੱਲੋਂ ਕੀਤੀ ਗਈ ਹੈ ਸੋ ਅੰਤ ਦੇ ਵਿੱਚ ਮੈਂ ਇਹੀ ਆਪ ਸਭ ਨੂੰ ਕਹਾਂਗਾ ਕਿ ਆਪ ਸਾਰੇ ਲੀਡਰ ਚੜ੍ਹਦੀ ਕਲਾ ਦੇ ਵਿੱਚ ਹੋ ਕੇ ਆਪਸ ਦੇ ਵਿੱਚ ਏਕਤਾ ਰੱਖੋ ਤੇ ਇਸ ਮੋਰਚੇ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ ਸਰਕਾਰ ਦੀਆਂ ਮੋਰਚੇ ਨੂੰ ਨਾਕਾਮ ਕਰਨ ਦੀਆਂ ਰਣਨੀਤੀਆਂ ਤੋਂ ਸਾਨੂੰ ਕੁਝ ਨਾ ਕੁਝ ਸਿੱਖਣਾ ਚਾਹੀਦਾ ਹੈ ਸਾਡੇ ਆਗੂਆਂ ਨੂੰ ਸਾਡੇ ਲੀਡਰਾਂ ਨੂੰ ਡਕੈਤ ਵਰਗੇ ਲੀਡਰਾਂ ਤੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ ਹੈ ਤਾ ਜੋ ਅਸੀਂ ਇਸ ਮੋਰਚੇ ਨੂੰ ਅੱਗੇ ਕਿਵੇਂ ਲੈ ਕੇ ਜਾ ਸਕਦੇ ਹਾਂ ਸੋ ਅੰਤ ਦੇ ਵਿੱਚ ਮੈਂ ਇਹੀ ਆਸ਼ਾ ਕਰਦਾ ਪ੍ਰਮਾਤਮਾ ਦੇ ਅਰਦਾਸ ਵੀ ਕਰਦਾ ਕਿ ਪ੍ਰਮਾਤਮਾ ਇਸ ਮੋਰਚੇ ਨੂੰ ਆਪ ਅੰਗ ਸੰਗ ਸਹਾਇ ਹੋ ਕਰਕੇ ਸਫਲਤਾਵਾਂ ਬਖਸ਼ਿਸ਼ ਕਰਵਾਵੇ ਸੋ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ